ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਕੁਆਟਰ ਫਾਈਨਲ ਦੇ ਵਿੱਚ ਬ੍ਰਿਟੇਨ ਨੂੰ ਸ਼ੂਟ ਆਫ ਦੇ ਵਿੱਚ ਭਾਰਤ ਨੇ ਕਰਾਰੀ ਹਾਰ ਦਿੱਤੀ ਹੈ। ਪਹਿਲਾਂ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ ਇੱਕ ਇੱਕ ਨਾਲ ਬਰਾਬਰੀ 'ਤੇ ਸਨ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਸ਼ੂਟ ਆਫ ਖੇਡਿਆ ਗਿਆ। ਭਾਰਤ ਨੇ ਸ਼ੂਟ ਆਫ ਦੇ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ। ਇਸ ਨਾਲ ਭਾਰਤ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ। ਇਸ ਮੈਚ ਦੀ ਖਾਸ ਗੱਲ ਇਹ ਹੈ ਕਿ ਭਾਰਤ ਨੇ ਜ਼ਿਆਦਾਤਰ ਮੈਚ 10 ਖਿਡਾਰੀਆਂ ਨਾਲ ਖੇਡੇ ਨੇ। ਓਲੰਪਿਕ 'ਚ ਜਿਸ ਤਰੀਕੇ ਨਾਲ ਭਾਰਤ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ, ਉਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਵੀ ਕਰਾਰੀ ਹਾਰ ਦਿੱਤੀ ਸੀ, ਉਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਬ੍ਰਿਟੇਨ ਦੇ ਨਾਲ ਵੀ ਭਾਰਤ ਦੀ ਕਰਾਰੀ ਟੱਕਰ ਹੋਵੇਗੀ। ਹਾਲਾਂਕਿ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਨੇ ਜਿਸ ਤਰ੍ਹਾਂ ਦਾ ਸ਼ਾਨਦਾਰ ਪਰਫੋਰਮੈਂਸ ਦਿਖਾਇਆ ਉਸਦਾ ਨਤੀਜਾ ਇਹ ਹੈ ਕਿ ਭਾਰਤੀ ਟੀਮ ਹੁਣ ਵੀ ਸ਼ਾਨਦਾਰ ਫਾਰਮ ਦੇ ਵਿੱਚ ਹੀ ਆ। ਭਾਰਤ ਗਰੁੱਪ ਬੀ 'ਚ ਦੂਜੇ ਸਥਾਨ 'ਤੇ ਰਹਿ ਕੇ ਆਖਰੀ 8 ਵਿੱਚ ਪਹੁੰਚ ਗਿਆ, ਜਦਕਿ ਬ੍ਰਿਟੇਨ ਟੀਮ ਗਰੁੱਪ ਏ ਦੇ ਤੀਜੇ ਸਥਾਨ 'ਤੇ ਰਹੇ ਆ। ਬ੍ਰਿਟੇਨ ਨੇ ਚੌਥੇ ਮਿੰਟ ਦੇ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤ ਨੇ ਇਸ ਦਾ ਬਚਾਅ ਕੀਤਾ ਪਰ ਬ੍ਰਿਟੇਨ ਨੂੰ ਦੂਜਾ ਪੈਨਲਟੀ ਕਾਰਨ ਮਿਲਿਆ। ਚੰਗੀ ਗੱਲ ਇਹ ਰਹੀ ਕਿ ਭਾਰਤ ਨੇ ਇਸ 'ਤੇ ਵੀ ਗੋਲ ਹੋਣ ਨਹੀਂ ਦਿੱਤਾ। ਅਮਿਤ ਰੋਹਿਦਾਸ ਨੇ ਸ਼ਾਨਦਾਰ ਬਚਾਅ ਕੀਤਾ ਦੋਵਾਂ ਟੀਮਾਂ ਵਿਚਾਲੇ। ਉਸ ਤੋਂ ਬਾਅਦ ਸ਼ੂਟ ਆਫ ਖੇਡਿਆ ਗਿਆ। ਭਾਰਤ ਨੇ ਸ਼ੂਟ ਆਫ ਦੇ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ। ਇਸ ਨਾਲ ਭਾਰਤ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ। ਇਸ ਮੈਚ ਦੀ ਖਾਸ ਗੱਲ ਇਹ ਹੈ ਕਿ ਭਾਰਤ ਨੇ ਜਿਹੜੇ ਜ਼ਿਆਦਾਤਰ ਮੈਚ ਨੇ ਉਹ ਘੱਟ ਖਿਡਾਰੀਆਂ ਨਾਲ ਖੇਡੇ ਨੇ ਅਤੇ ਆਪਣੀ ਸ਼ਾਨਦਾਰ ਪਰਫੋਰਮੈਂਸ ਦਾ ਰਿਜ਼ਲਟ ਸਾਹਮਣੇ ਰੱਖਿਆ। ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਭਾਰਤ ਸੋਨ ਤਗਮੇ ਦੇ ਉੱਤੇ ਕਬਜ਼ਾ ਕਰਦਾ ਹੈ ਜਾਂ ਸਿਲਵਰ ਜਾਂ ਬ੍ਰਾਊਨ ਸੀ ਭਾਰਤ ਦੇ ਹੱਥ 'ਚ ਆਉਂਦਾ ਹੈ। ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ਦੇ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰ ਚੁੱਕੀ ਹੈ। ਕੁਆਟਰ ਫਾਈਨਲ ਦੇ ਵਿੱਚ ਬ੍ਰਿਟੇਨ ਨੂੰ ਸ਼ੂਟ ਆਫ ਦੇ ਵਿੱਚ ਭਾਰਤ ਨੇ ਕਰਾਰੀ ਹਾਰ ਦਿੱਤੀ ਹੈ। ਪਹਿਲਾਂ ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ ਇੱਕ ਇੱਕ ਨਾਲ ਬਰਾਬਰੀ 'ਤੇ ਸਨ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਸ਼ੂਟ ਆਫ ਖੇਡਿਆ ਗਿਆ। ਭਾਰਤ ਨੇ ਸ਼ੂਟ ਆਫ ਦੇ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ। ਇਸ ਨਾਲ ਭਾਰਤ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ। ਇਸ ਮੈਚ ਦੀ ਖਾਸ ਗੱਲ ਇਹ ਹੈ ਕਿ ਭਾਰਤ ਨੇ ਜ਼ਿਆਦਾਤਰ ਮੈਚ 10 ਖਿਡਾਰੀਆਂ ਨਾਲ ਖੇਡੇ ਨੇ। ਓਲੰਪਿਕ 'ਚ ਜਿਸ ਤਰੀਕੇ ਨਾਲ ਭਾਰਤ ਟੀਮ ਨੇ ਆਸਟ੍ਰੇਲੀਆ ਨੂੰ ਹਰਾਇਆ ਸੀ, ਉਸ ਤੋਂ ਬਾਅਦ ਨਿਊਜ਼ੀਲੈਂਡ ਨੂੰ ਵੀ ਕਰਾਰੀ ਹਾਰ ਦਿੱਤੀ ਸੀ, ਉਸ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਬ੍ਰਿਟੇਨ ਦੇ ਨਾਲ ਵੀ ਭਾਰਤ ਦੀ ਕਰਾਰੀ ਟੱਕਰ ਹੋਵੇਗੀ। ਹਾਲਾਂਕਿ ਇਸ ਗੱਲ ਦਾ ਸੰਕੇਤ ਹੈ ਕਿ ਭਾਰਤ ਨੇ ਜਿਸ ਤਰ੍ਹਾਂ ਦਾ ਸ਼ਾਨਦਾਰ ਪਰਫੋਰਮੈਂਸ ਦਿਖਾਇਆ ਉਸਦਾ ਨਤੀਜਾ ਇਹ ਹੈ ਕਿ ਭਾਰਤੀ ਟੀਮ ਹੁਣ ਵੀ ਸ਼ਾਨਦਾਰ ਫਾਰਮ ਦੇ ਵਿੱਚ ਹੀ ਆ। ਭਾਰਤ ਗਰੁੱਪ ਬੀ 'ਚ ਦੂਜੇ ਸਥਾਨ 'ਤੇ ਰਹਿ ਕੇ ਆਖਰੀ 8 ਵਿੱਚ ਪਹੁੰਚ ਗਿਆ, ਜਦਕਿ ਬ੍ਰਿਟੇਨ ਟੀਮ ਗਰੁੱਪ ਏ ਦੇ ਤੀਜੇ ਸਥਾਨ 'ਤੇ ਰਹੇ ਆ। ਬ੍ਰਿਟੇਨ ਨੇ ਚੌਥੇ ਮਿੰਟ ਦੇ ਵਿੱਚ ਪੈਨਲਟੀ ਕਾਰਨਰ ਹਾਸਲ ਕੀਤਾ। ਭਾਰਤ ਨੇ ਇਸ ਦਾ ਬਚਾਅ ਕੀਤਾ ਪਰ ਬ੍ਰਿਟੇਨ ਨੂੰ ਦੂਜਾ ਪੈਨਲਟੀ ਕਾਰਨ ਮਿਲਿਆ। ਚੰਗੀ ਗੱਲ ਇਹ ਰਹੀ ਕਿ ਭਾਰਤ ਨੇ ਇਸ 'ਤੇ ਵੀ ਗੋਲ ਹੋਣ ਨਹੀਂ ਦਿੱਤਾ। ਅਮਿਤ ਰੋਹਿਦਾਸ ਨੇ ਸ਼ਾਨਦਾਰ ਬਚਾਅ ਕੀਤਾ ਦੋਵਾਂ ਟੀਮਾਂ ਵਿਚਾਲੇ। ਉਸ ਤੋਂ ਬਾਅਦ ਸ਼ੂਟ ਆਫ ਖੇਡਿਆ ਗਿਆ। ਭਾਰਤ ਨੇ ਸ਼ੂਟ ਆਫ ਦੇ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ। ਇਸ ਨਾਲ ਭਾਰਤ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ ਦੇ ਵਿੱਚ ਪਹੁੰਚ ਗਿਆ। ਇਸ ਮੈਚ ਦੀ ਖਾਸ ਗੱਲ ਇਹ ਹੈ ਕਿ ਭਾਰਤ ਨੇ ਜਿਹੜੇ ਜ਼ਿਆਦਾਤਰ ਮੈਚ ਨੇ ਉਹ ਘੱਟ ਖਿਡਾਰੀਆਂ ਨਾਲ ਖੇਡੇ ਨੇ ਅਤੇ ਆਪਣੀ ਸ਼ਾਨਦਾਰ ਪਰਫੋਰਮੈਂਸ ਦਾ ਰਿਜ਼ਲਟ ਸਾਹਮਣੇ ਰੱਖਿਆ। ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਭਾਰਤ ਸੋਨ ਤਗਮੇ ਦੇ ਉੱਤੇ ਕਬਜ਼ਾ ਕਰਦਾ ਹੈ ਜਾਂ ਸਿਲਵਰ ਜਾਂ ਬ੍ਰਾਊਨ ਸੀ ਭਾਰਤ ਦੇ ਹੱਥ 'ਚ ਆਉਂਦਾ ਹੈ।